ਇਹਨਾਂ ਨੂੰ ਬਚਪਨ ਤੋਂ ਹੀ ਮੋਟਾਪੇ ਦੀ ਦਿੱਕਤ ਸੀਗੀ, ਜਿਸ ਕਰਕੇ ਨਾ ਤਾਂ ਕੰਮ ਵਗੈਰਾ ਕਰ ਪਾਉਂਦੇ ਸੀਗੇ ਅਤੇ ਬੀਪੀ ਦੀ ਪ੍ਰੋਬਲਮ ਰਹਿੰਦੀ ਸੀ ਇਹਨਾਂ ਨੂੰ। ਅਤੇ ਇਹਨਾਂ ਨੇ ਔਨਲਾਈਨ ਕਿਤੇ ਸਰਚ ਕੀਤੀ ਅਤੇ ਉੱਥੇ ਇਹਨਾਂ ਨੂੰ ਇੱਕ ਸਟਾਰ ਹੋਸਪਿਟਲ ਦੀ ਵੀਡੀਓ ਮਿਲੀ, ਡਾਕਟਰ ਆਲੂਵਾਲੀਆ ਨੇ, ਅਤੇ ਉਹਨਾਂ ਨੇ ਅਪੋਇੰਟਮੈਂਟ ਦੀ ਡੇਟ ਦਿੱਤੀ ਇਹਨਾਂ ਨੂੰ। ਫਿਰ ਅਤੇ ਇਹ ਆ ਕੇ ਇੱਥੇ ਮਿਲੇ, ਵਧੀਆ ਗੱਲਬਾਤ ਸਮਝਾਇਆ ਡਾਕਟਰ ਇਹਨਾਂ ਨੂੰ, ਅਤੇ ਫਿਰ ਇਹਨਾਂ ਨੇ ਇੱਕ ਸਰਜਰੀ ਕਰਾਈ ਉਹਨਾਂ ਤੋਂ। ਅਤੇ ਸਰਜਰੀ ਨੂੰ ਇਹਨਾਂ ਨੂੰ 3 ਦਿਨ ਹੋ ਗਏ ਨੇ ਅਤੇ ਹੁਣ ਇਹ ਵਧੀਆ ਬੈਟਰ ਫੀਲ ਕਰ ਰਹੇ ਨੇ ਪਹਿਲਾਂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਲਵਦੀਪ ਹੈ ਅਤੇ ਮੈਂ ਸੰਗਰੂਰੋਂ ਆਇਆ, ਅਤੇ ਮੇਰਾ ਫਰੈਂਡ ਹੈ ਯੂਸਫ। ਅਤੇ ਇਹਨਾਂ ਨੂੰ ਬਚਪਨ ਤੋਂ ਹੀ ਮੋਟਾਪੇ ਦੀ ਦਿੱਕਤ ਸੀਗੀ, ਜਿਸ ਕਰਕੇ ਨਾ ਤਾਂ ਕੰਮ ਵਗੈਰਾ ਕਰ ਪਾਉਂਦੇ ਸੀਗੇ ਅਤੇ ਬੀਪੀ ਦੀ ਪ੍ਰੋਬਲਮ ਰਹਿੰਦੀ ਸੀ ਇਹਨਾਂ ਨੂੰ। ਅਤੇ ਇਹਨਾਂ ਨੇ ਔਨਲਾਈਨ ਕਿਤੇ ਸਰਚ ਕੀਤੀ ਅਤੇ ਉੱਥੇ ਇਹਨਾਂ ਨੂੰ ਇੱਕ ਸਟਾਰ ਹੋਸਪਿਟਲ ਦੀ ਵੀਡੀਓ ਮਿਲੀ, ਅਤੇ ਜਿਹਦੇ ਡਾਕਟਰ ਆਲੂਵਾਲੀਆ ਨੇ ਗਏ, ਅਤੇ ਉਹਨਾਂ ਨੇ ਵਧੀਆ ਐਕਸਪਲੇਨ ਕੀਤਾ ਸੀ ਵੀਡੀਓ ਵਿੱਚ, ਤਾਂ ਇਹਨਾਂ ਨੂੰ ਥੋੜ੍ਹੀ ਸੈਟਿਸਫੈਕਸ਼ਨ ਮਿਲੀ। ਤਾਂ ਫਿਰ ਇਹਨਾਂ ਨੇ ਕਾਲ ਕੀਤੀ ਅਤੇ ਗੱਲਬਾਤ ਹੋਈ ਅਤੇ ਉਹਨਾਂ ਨੇ ਅਪੋਇੰਟਮੈਂਟ ਦੀ ਡੇਟ ਦਿੱਤੀ ਇਹਨਾਂ ਨੂੰ। ਫਿਰ ਅਤੇ ਇਹ ਆ ਕੇ ਇੱਥੇ ਮਿਲੇ, ਵਧੀਆ ਗੱਲਬਾਤ ਸਮਝਾਇਆ ਡਾਕਟਰ ਇਹਨਾਂ ਨੂੰ, ਅਤੇ ਫਿਰ ਇਹਨਾਂ ਨੇ ਇੱਕ ਸਰਜਰੀ ਕਰਾਈ ਉਹਨਾਂ ਤੋਂ। ਅਤੇ ਸਰਜਰੀ ਨੂੰ ਇਹਨਾਂ ਨੂੰ 3 ਦਿਨ ਹੋ ਗਏ ਨੇ ਅਤੇ ਹੁਣ ਇਹ ਵਧੀਆ ਬੈਟਰ ਫੀਲ ਕਰ ਰਹੇ ਨੇ ਪਹਿਲਾਂ ਨਾਲੋਂ, ਅਤੇ ਚੱਲ ਫਿਰ ਵੀ ਰਹੇ ਨੇ ਵਧੀਆ, ਅਤੇ ਗੁੱਡ ਐਕਸਪੀਰੀਅੰਸ ਰਿਹਾ ਇਹਨਾਂ ਦਾ ਪੂਰਾ। ਅਤੇ ਇਹਨਾਂ ਦਾ ਜਿਹੜਾ ਟ੍ਰੀਟਮੈਂਟ ਹੋਇਆ, ਓਪਰੇਸ਼ਨ ਹੋਇਆ, ਉਹ ਇੱਕ ਦੂਰਬੀਨ ਨਾਲ ਹੋਇਆ ਓਪਰੇਸ਼ਨ। ਅਤੇ ਇਹਨਾਂ ਦੇ ਜਿਹੜੇ ਫੈਟ ਦੇ ਏਰੀਏ ਅਤੇ ਪੇਟ ਦੇ, ਇਹਨਾਂ ਦੇ 4-5 ਸਟਿਚ ਕੀਤੇ ਸੀਗੇ, ਅਤੇ ਉਹ ਸਟਿਚ ਖੋਲਣ ਦੀ ਲੋੜ ਵੀ ਨਹੀਂ ਹੈਗੀ, ਅਤੇ ਉਹ ਨਾਲ ਹੀ ਘੁੱਲ ਜਾਣੇ ਉਹਨਾਂ ਦੇ। ਅਤੇ ਇੱਥੇ ਦੇ ਸਟਾਫ ਦੇ ਵਿੱਚ ਵਧੀਆ ਕੇਅਰ ਹੁੰਦੀ ਹੈ, ਡਾਕਟਰ ਸਾਹਿਬ ਵਧੀਆ ਮਿਲਦੇ ਜੁਲਦੇ, ਆਪ ਆ ਕੇ ਵੀ ਗੱਲਬਾਤ ਕਰਦੇ। ਅਤੇ ਜੇ ਕਿਸੇ ਨੂੰ ਵੀ ਮੋਟਾਪੇ ਦੀ ਦਿੱਕਤ ਹੈਗੀ ਹੈ ਤਾਂ ਇੱਕ ਵਾਰ ਸਟਾਰ ਹੋਸਪਿਟਲ ਜ਼ਰੂਰ ਵਿਜ਼ਿਟ ਕਰਨ, ਅਤੇ ਵਧੀਆ ਐਕਸਪੀਰੀਅੰਸ ਰਹੇਗਾ ਤੁਹਾਡਾ ਵੀ।